गाइस वेलकम बैक टू आवर चैनल इंद्रन कीरत। होपल तो सर ठीक ठाक होंगे। सो गाइस असि उठ गए सिगे, चोबर उठ गए सिगे एंड आवर चोबर जड़ा एक्सरसाइज कर रहा है साइकिलिंग एंड मैं तैयार होना क्योंकि आज मैं शूट करना। मेरे को बहुत सारे आउटफिट्स हैं जिन्हें मैं शूट नबेड़ना है। सो हम मैं रेडी होने चली हाँ तो थोड़ा मिलते हैं, देखते हैं अच्छे किन्ने हो जाएंगे शूट्स, क्योंकि मैं ये होंगे कि हर एक आउटफिट ना डिफरेंट डिफरेंट लुक क्रिएट करा। सो गाइस ये है जी कीरत का अज का आउटफिट जिसे कि शूट करना रेडी हुई है बड़ी मुश्किल ना, तो हूँ ही सत्वेक मूवमेंट वाली डाइट खा के हटी है। भुख लगी फिर मैं थोड़ा कल दी कही आती सी। चलो की खादा रिश्ता आ गया रिश्ते आ गए की कर रहे हैं? सारे नु हाँ कर दिए है एनिया कि करालिया लिया ने तू करी तो एक नी माण होंगी। अच्छा जी हूं तो हूं दस रहा मैं ਬਈ ਆ ਦੋ ਬੰਦੇ ਪੱਕੇ ਹੀ ਹੋ ਗਏ ਨਾਚੋਸ ਵਾਲੇ, ਜਦੋਂ ਜੀ ਕਰਦਾ ਮੰਗਾ ਕੇ ਦੋਨੇ ਹੀ ਲੱਗ ਜਾਂਦੇ ਨੇ ਖਾਣ। ਨਾਚੋਸ ਵਾਲਿਆਂ ਨਾਲ ਧੋਖਾ ਹੋ ਗਿਆ ਅੱਜ, ਬੰਦੇ ਬਾਹਲੇ ਆ ਗਏ। ਨਹੀਂ ਨਹੀਂ ਹੁਣ ਤੇਰੇ ਵਾਲੇ ਸਪੈਸ਼ਲ ਨੇ ਖਾ ਚੁੱਕੇ। ਮੈਂ ਤਾਂ ਆ ਗਏ ਉਹ ਖਾੜ ਖਾੜ ਕੇ ਖਾ ਰਹੀਆਂ ਨੀਚੋਂ। ਦੱਸਿਆ ਤੈਨੂੰ ਆਇਆ ਤਾਂ ਮਾਰੀ ਸੀਗੀ। ਇੱਕ ਹੋਰ ਆ ਗਿਆ ਬੰਦਾ ਇੱਧਰ ਨਾ ਮਾਰ ਲੈ ਮੈਂ ਖਾ ਲਈ ਇਹ ਟੇਸਟ ਕਰ ਲਿਆ। ਇਹ ਹੈ ਨਹੀਂ ਟੇਸਟ ਵਾਲੇ ਵਧੀਆ ਨਹੀਂ ਹੈਗੇ। सारे उठते मैं भी चल अदा मैं भी बहुत लेट उठा उस हिसाब ने एक भी ना हो आतने की रोटी वेले तो उठ दे तू की खा रही है किनू जानता कुछ होर ऑर्डर किया सी ना जफा पै गया अज फिर धूनी ला रहे ने बारे पैकेट डिनर करांगे अज जसकीर तो पार्टी दे रहा है मैनू तुहाडी दोनों जोड़ी बाली घट लगदी है वैसे ग्रीन च
ग्रीन बन के सुट दी उत्तों। हाँ बाहर धूनी बालने लगे हैं हम क्योंकि ठंड का मौसम है। चूल्हा तो होना पे यूज कर धूनियों ला ली तो मेरा गाना मैं देख लिया सी मैं क्या कोई मेरा गाना सुन रहा मैं भजी भजी आई आप पहले ही ना नु अग लाने हों तुसी एक होर सौखा तरीका लग गया टूट जांदी आ तू मेन कुछ नी क्या लो जी इंदर ने सारा साफ भी करता। थैंक यू सो मच। गुड रात नू कॉफी पी लंदा फिर इनू नींद नहीं आउंदी रात नू लेमन कप फड़ा दे चक लिया चंगा मैं लेके दिना इमोशनल ब्लैकमेल कर देने प्लीज मंजा भी डालिया प्लीज जैसे सारे जशन ही चिड़ा बना रहे कहना बड़ा कहना तुम जशन के मुंह से सुनाओगे प्लीज ब्रे यार प्लीज यार हट जा करो प्लीज ब्रे प्लीज चुप हो गया प्लीज कह प्लीज हट जा पैर मच जू प्लीज जशन प्लीज यार ऐसे तो तुम नहीं थे जैसे अब हो गए हो मेन वधिया लगदा है चुप जा बैठा नहीं तो खान नू आउंदा है प्लीज मेरा पनीर टिक्का दे दो प्लीज हुण तां कल डेयरी प्रोडक्ट बंद करके हड्डियां ओह पड़ी गई तू तां किन्नू हरा भरा कबाब मंगाया सी
ਪਨੀਰ ਦੇ ਪਕੌੜੇ ਨਹੀਂ ਮਿਲਨੇ ਤੈਨੂੰ ਵੀਰੇ, ਅਸੀਂ ਅਸੀਂ ਸਾਰੇ ਸ਼ੇਅਰ ਕਰ ਕਰਕੇ ਖਾ ਰਹੇ ਹਾਂ। ਇਹ ਦੋਨੇ ਸਾਈਡ ਤੇ ਆਏ ਨਹੀਂ ਲੱਗੇ ਜਿਵੇਂ ਵਿਆਹਾਂ 'ਚ ਨਹੀਂ ਲੱਗੇ ਹੁੰਦੇ। ਕੱਲੇ ਛੱਕ ਗਏ ਹੁਣ, ਇਹਨੇ ਤਾਂ ਟਾਈਮ ਵੀ ਨਹੀਂ ਲਾਇਆ। ਰਹਿਣ ਦੇ ਪਖੰਡ ਕਰੀ ਜਾਂਦੀ ਆ, ਨਾਲੇ ਖਾਏਗੀ ਐਵੇਂ ਕਿਵੇਂ ਰੱਖਦਾ ਤੂੰ? ਆਪ ਹੀ ਰੱਖਿਆ ਪਲੇਟ, ਉਧਰ ਫੜਾ ਦੇ ਜੇ ਨਹੀਂ ਖਾਣਾ, ਫੜਾ ਦੇ ਨਹੀਂ। So guys, ਹੁਣ ਰੋਟੀ ਸ਼ੁਰੂ ਹੋ ਗਈ ਆ, ਗਰਮ ਕਰ ਕਰਕੇ ਲਿਆ ਕੇ ਆਏ ਆ, ਠੰਡੀ ਹੋ ਗਈ ਸੀ ਪਹਿਲਾਂ, ਤੇ ਅਸੀਂ ਆਪਣੀ ਪਲੇਟ ਦੋਨਾਂ ਨੇ ਉਹ ਕਰ ਲਈ। ਓਏ ਗਾਰਲਿਕ ਰੋਟੀ ਕਿੱਥੇ ਯਾਰ, ਉਹਨੇ ਬੈਠਣ ਦਾ ਰੌਲਾ ਪਿਆ ਪਿਆ, ਕਿਵੇਂ ਬੈਠ ਬੰਦਾ। ਇਹ ਸਵਾਦ ਲੱਗ ਜਾਣੀ ਆ। ਓਏ ਗਾਰਲਿਕ ਰੋਟੀ ਕਿੱਥੇ ਬਾਬੇ? ਜਸਤੀ ਗਾਰਲਿਕ ਰੋਟੀ ਉਹ ਵੀਰ ਕੋਲ ਚੱਕ ਆਪਣਾ ਤਾਂ ਬਣ ਗਿਆ। ਲਓ ਭਾਜੀ ਰੋਟੀ, ਭਾਜੀ ਨਵੀਂ ਤੂੰ ਵੀ ਖਾ ਲਾ। ਸਾਰਿਆਂ ਨੇ ਖਾਣਾ ਪੀਣਾ ਕਰ ਲਿਆ ਤੇ ਹੁਣ ਸਾਰੇ ਆਪਣਾ ਸੁੱਟ ਰਹੇ ਨੇ। ਜਿਹੜਾ ਵੀ ਸੁੱਟਣ ਨਾਲ ਆ ਚਮਚਾ ਆ ਉਹ ਰੱਖ ਲਈ। ਕਿਊਟੀ, ਹਾਈ ਕਿਊਟੀ, ਯੂ ਆਰ ਲੁਕਿੰਗ ਸੋ ਕਿਊਟ। ਹਾਏ ਇੰਦਰ, ਇੱਕੋ ਦਮ ਐਡੀ ਨਾ ਲੱਗ ਜਾ ਪਲੀਜ਼। ਪੂਰੀ ਲੱਗੂਗੀ ਇੱਕਦਮ। ਮੈਂ ਉੱਠਾਂ? ਸੋ ਗਾਇਸ, ਸਾਰਿਆਂ ਨੇ ਡਿਨਰ ਕਰ ਲਿਆ, ਐਦਾਂ ਵਧੀਆ ਲੱਗਦਾ ਹਨਾ ਜੋ ਫੈਮਿਲੀ ਨਾਲ ਬਾਹਰੇ ਬੈਠ ਕੇ। ਸਪੈਸ਼ਲੀ ਸੰਡੇ ਨੂੰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਧੋਣੀ ਲਾ ਕੇ ਕੁਝ ਬਾਹਰੇ ਬੈਠੀ ਐਂਡ ਇੱਕ ਤੌਰੇ ਬਹੁਤ ਵਧੀਆ ਚੀਜ਼ ਆ ਹਨਾ। ਹਾਂ ਹਾਈ ਮੰਮਾ, ਇਤਨੀ ਮੱਬੇ ਵੀ ਮੇਰੇ ਤੇ ਤਾਂ ਨਹੀਂ ਪੈਂਦੀ। ਇੱਧਰ ਆ ਜਾ। ਪਿੰਡਾਂ 'ਚ ਆਈ ਥਿੰਕ ਲੋਕਾਂ ਦਾ ਪਿਆਰ ਤਾਂ ਹੀ ਘਟ ਗਿਆ ਹਨਾ। ਪਹਿਲਾਂ ਚੁੱਲ੍ਹੇ ਤੇ ਸਾਰਾ ਪਰਿਵਾਰ ਬਹਿ ਕੇ ਰੋਟੀ ਖਾਂਦਾ ਹੁੰਦਾ ਸੀ ਚੁੱਲ੍ਹੇ ਕੋਲੇ। ਜਾਂ ਚੁੱਲ੍ਹੇ ਕੋਲੇ ਮੁੰਜਾ ਡਾਇਆ ਹੁੰਦਾ ਸੀਗਾ, ਉੱਥੇ ਬਹਿ ਕੇ ਖਾ ਲੈਂਦੇ ਸੀਗੇ। ਪਰ ਹੁਣ ਤਾਂ ਉਹ ਗੱਲ ਜੀ ਰਹੀ ਨਹੀਂ ਲੋਕਾਂ 'ਚ, ਪਿਆਰ ਪੂਰ ਤਾਂ ਦੂਰ ਦੀ ਗੱਲ ਆ। ਤਾਂ ਲੋਕਾਂ ਨੂੰ ਇਹੀ ਹੁੰਦਾ ਵੀ ਇੱਕ ਦੂਜੇ ਨੂੰ ਕਿਵੇਂ ਸਿੱਟੀ ਹੈ ਹਨਾ, ਬਾਹਲਾ ਜ਼ਿਆਦਾ। ਇਹ ਤਾਂ ਹੈ। ਲੋਕਾਂ ਦੀ ਤਾਂ ਕੀ ਗੱਲ ਕਰਨੀ, ਆਪਣੇ ਹੀ ਆਪਣੇ ਵੀ ਬਥੇਰੇ ਲੋਕ ਹੁੰਦੇ ਆ, ਕਈ ਰਿਸ਼ਤੇਦਾਰ ਹੁੰਦੇ ਆ, ਕਈ ਕੁਛ ਹੁੰਦਾ, ਕਿਉਂਕਿ ਹੈ ਹੀ ਨਹੀਂ ਪਿਆਰ ਭਾਵਨਾ ਲੋਕਾਂ 'ਚ, ਰਹੀ ਨਹੀਂ ਹੈਗੀ ਹੁਣ, ਉਹ ਗੱਲਬਾਤ ਹੀ ਨਹੀਂ। ਬਟ ਬਹੁਤ ਵਧੀਆ ਲੱਗਿਆ ਅੱਜ ਸਾਰਿਆਂ ਨੇ ਬਹਿ ਕੇ ਰੋਟੀ ਖਾ। ਨਾਲੇ ਅਸੀਂ ਸੰਡੇ ਨੂੰ ਕੋਸ਼ਿਸ਼ ਕਰਦੇ ਨਾ ਕੁਛ ਉਰੇ ਵੈਦਰ ਦਾ ਵੀ ਦੇਖਣਾ ਪੈਂਦਾ। ਅੱਜ ਵੈਦਰ ਸਹੀ ਸੀ, ਨਹੀਂ ਤਾਂ ਉਰੇ ਰੋਜ਼ ਮੀਂਹ ਪੈਂਦਾ, ਕਦੇ ਹਵਾ ਬਹੁਤ ਜ਼ਿਆਦਾ ਚੱਲਦੀ ਆ। ਇਕੱਠੇ ਕਰ ਲਓ ਮੰਜੇ ਕੁਰਸੀਆਂ, ਕਿਉਂਕਿ ਮੰਜੇ ਤੇ ਨਾ ਇਹਦੇ ਨੇੜੇ ਹੋ ਕੇ ਨਹੀਂ ਬੈਠਾ ਜਾਂਦਾ, ਚੇਅਰ ਤੇ ਜ਼ਿਆਦਾ ਨੇੜੇ ਹੋ ਕੇ ਬੈਠਾ ਜਾਂਦਾ। ਆਹ ਜ਼ਿਆਦਾ ਵਧੀਆ, ਚੁੱਲ੍ਹੇ ਤਾਂ ਨਿੱਘ ਨਹੀਂ ਸੀ ਆਉਂਦਾ। ਚੁੱਲ੍ਹੇ 'ਚ ਹੁਣ ਤੁਸੀਂ ਬਣਾਉਂਦੇ ਬਣਾਉਂਦੇ ਨਹੀਂ, ਉੱਤਰ ਗਿਆ ਚਾਹ। ਹਾਂ ਇੱਕ ਦੋ ਦਿਨ ਹੀ ਸੀ ਹਨਾ, ਬਾਰੇ ਔਖਾ ਜਿਹਾ ਲੱਗਦਾ, ਪਤਾ ਨਹੀਂ ਕਿਉਂ ਸਾਰਾ ਕੁਝ ਚੱਕ ਕੇ ਲਿਆਉਣਾ। ਉਹ ਤਾਂ ਕਹਿੰਦੇ ਸੀ ਬਹੁਤ ਵਧੀਆ ਲੱਗਦਾ, ਇਹ ਤਾਂ ਚੀਜ਼ ਹੀ ਬਣ ਗਈ। ਦੇਖਾਂਗੇ ਉਹ ਵੀ ਕਹਿੰਦੀ ਸੀ ਤਾਂ ਆਪਾਂ ਦਾਰੀ ਬਣਾ ਲਿਆ ਕਰਾਂਗੇ ਹਨਾ, ਨਾਲੇ ਗੰਦ ਨਹੀਂ ਪੈਂਦਾ। ਕੋਈ ਨਾ, ਦੇਖ ਜਾਊਗੀ ਹੋਰ ਬਣਾ ਲਾਂਗੇ ਕਦੇ। ਐਨੀ ਪਤਾ ਹਵਾ ਹੁਵਾ ਹੀ ਚੱਲਦੀ ਫਿਰ ਥੋੜਾ ਔਖਾ ਲੱਗਦਾ। ਹਵਾ ਤੁਸੀਂ ਕਹਿ ਸਕਦੇ ਹੋ ਵੀ ਮੈਲਬਨ 'ਚ ਜ਼ਿਆਦਾ ਚੱਲਦੀ ਹੈ, ਪਰ ਹੋਰ ਕੀ, ਠੰਡ ਬਹੁਤ ਲੱਗਦੀ ਕਈ ਵਾਰੀ ਬਾਹਰ, ਚੁੱਲ੍ਹੇ ਤੇ ਇੰਨਾ ਨਿੱਘ ਨਹੀਂ ਨਾ ਆਉਂਦਾ। ਪਰ ਉਹ ਤਾਂ ਵਧੀਆ ਲੱਗਦਾ ਬਾਹਰੇ ਬਹਿਣਾ, ਮੈਨੂੰ ਬਾਹਰੇ ਬਹਿਣਾ ਤਾਂ ਵਧੀਆ ਲੱਗਦਾ। ਗੁੱਡ ਬੇਬੀਆਂ ਤੂੰ ਮੇਰਾ ਸੋਹਣਾ ਲੱਗਦੀ, ਗੁੱਡ ਬੇਬੀ ਵਾਲੀਆਂ ਗੱਲਾਂ ਕਰਦੇ ਹੋ ਤਾਂ ਗੁੱਡ ਬੇਬੀ ਰਹੋਗੇ ਤੁਸੀਂ। ਸੋ ਗਾਇਸ, ਇਹ ਦੇਖੋ ਮੋਟੂ ਜਾਂ ਮੈਂ ਤਾਂ ਗੁੱਡ ਬੇਬੀ ਕਹਿ ਕੇ ਕੰਮ ਕਰਾ ਲੈਂਦੀ ਆ ਸਾਰਾ। ਐਪਰੀਸ਼ੀਏਟ ਮਿਲਦੀ ਸੀ, ਸੋ ਮੈਨੂੰ ਵੀ ਆਦਤ ਆ ਹਰ ਇੱਕ ਚੀਜ਼ ਤੇ ਐਪਰੀਸ਼ੀਏਟ ਕਰਨ ਦੀ, ਭਾਵੇਂ ਉਹ ਨਿੱਕੀ ਚੀਜ਼ ਹੋਵੇ। ਐਂਡ ਇਹ ਗੁੱਡ ਮਤਲਬ ਵਧੀਆ ਚੀਜ਼ ਹੁੰਦੀ ਆ, ਇਹਦੇ ਨਾਲ ਬੰਦਾ ਹੋਰ ਮੋਟੀਵੇਟ ਹੁੰਦਾ ਵੀ ਹੋਰ ਕੰਮ ਕਰੇ। ਸਾਡੇ ਘਰੇ ਕੋਈ ਐਪਰੀਸ਼ੀਏਸ਼ਨ ਨਹੀਂ ਮਿਲਦੀ ਸੀ, ਚਾਹੇ ਫਸਟ ਆ ਜੋ, ਬਸ ਉਹ ਕਹਿੰਦੇ ਸਾਡੇ ਘਰ ਦੇ ਸਿਰਫ ਇਹ ਕਹਿੰਦੇ ਸੀ ਫੇਲ ਨਹੀਂ ਹੋਣਾ,
ਜੇ ਫਸਟ ਆਓ ਜੇ ਪਾਸ ਹੋ ਇੱਕ ਬਰਾਬਰ ਆਉਣਾ ਬਸ ਭਾਵੇਂ ਲਾਸਟ ਆਓ ਭਾਵੇਂ ਲਾਸਟ ਆਓ ਕਹਿੰਦੇ ਪਾਸ ਹੋਣੇ ਚਾਹੀਦੇ ਬਸ ਦੈਟਸ ਇਟ ਵੀ ਫੇਲ ਨਹੀਂ ਹੋਣਾ ਚਾਹੀਦਾ ਵੀ ਕਲਾਸ ਨਹੀਂ ਪਿੱਛੇ ਹੋਣੀ ਚਾਹੀਦੀ ਬਾਕੀ ਕੋਈ ਚੱਕਰ ਨਹੀਂ ਐਪਰੀਸ਼ੀਏਸ਼ਨ ਉਪਰੀਸ਼ੀਏਸ਼ਨ ਕੋਈ ਨਹੀਂ ਬਸ ਠੀਕ ਆ ਉਹਨਾਂ ਦਾ ਐਕਸ਼ਨ ਵੀ ਪਤਾ ਕੀ ਕਹਿੰਦਾ ਜੇ ਵਧੀਆ ਤੋਂ ਵਧੀਆ ਗੱਲ ਕਰ ਦਿਓ ਅੱਛਾ ਹਾਂ ਠੀਕ ਆ ਚਲ ਵਧੀਆ ਬਸ ਦੈਟਸ ਇਟ ਮੇਰਾ ਵੈਸੇ ਵੀਰਾ ਵੀਡੀਓ ਦੇਖ ਵੀ ਰਿਹਾ ਹੋਣਾ ਤੇ ਵੀਰੇ ਨੂੰ ਵੀ ਪਤਾ ਲੱਗ ਜੂ ਮੈਂ ਵੀਰੇ ਨੂੰ ਬਈ ਵਧੀਆ ਤੋਂ ਵਧੀਆ ਚੀਜ਼ ਕੱਪੜੇ ਲਿਆ ਕੇ ਦਿਖਾ ਦੇਣਾ ਵੀਰੇ ਦੇਖੋ ਵੀਰੇ ਸੋਹਣੀ ਆ ਵੀਰੇ ਨੇ ਮਾਂ ਦੇ ਪੁੱਤ ਨੇ ਕਦੇ ਨਹੀਂ ਕਿਹਾ ਵੀ ਇਹ ਚੀਜ਼ ਸੋਹਣੀ ਆ ਹਾਂ ਠੀਕ ਆ ਸੋ ਗਾਇਸ ਮੈਨੂੰ ਆਦਤ ਆ ਵੀ ਸਾਰਾ ਰਾਤ ਨੂੰ ਸਾਰਾ ਕੁਝ ਚੱਕਰ ਚੱਕ ਕਰਕੇ ਫੇਰ ਪੈਣਾ ਆ ਤੇ ਕਿਚਨ ਸਾਫ਼ ਹੋ ਗਈ ਸਾਰਾ ਕੁਝ ਸਾਫ਼ ਆ ਤੇ ਹੁਣ ਅਸੀਂ ਇੰਦਰ ਐਡਿਟ ਕਰਨਗੇ ਵੀਡੀਓ ਤੇ ਮੈਂ ਆਪਣਾ ਰਿਵਾਈਵ ਬਾਈ ਕਿਰਨ ਤੇ ਜਿਹੜਾ ਸ਼ੂਟ ਕੀਤਾ ਉਹ ਅਪਲੋਡ ਕਰਨੀਆਂ ਨੇ ਪਿਕਸ ਐਂਡ ਸਾਰਾ ਕੁਝ ਕਰਨਾ ਆ ਐਂਡ ਜੇ ਤੁਹਾਨੂੰ ਉਹ ਸੂਟ ਪਸੰਦ ਆਇਆ ਤਾਂ ਤੁਸੀਂ ਰਿਵਾਈਵ ਬਾਈ ਕਿਰਨ ਇੰਸਟਾਗ੍ਰਾਮ ਤੇ ਡੀਐਮ ਕਰ ਸਕਦੇ ਹੋ ਬਾਈ ਕਰਨ ਵਾਸਤੇ ਜਾਂ ਫਿਰ ਤੁਹਾਡੀ ਜਿਹੜੀ ਵੀ ਇਨਕੁਆਇਰੀ ਆ ਸੋ ਗਾਇਸ ਇਹ ਸੀ ਸਾਡੀ ਅੱਜ ਦੀ ਵੀਡੀਓ ਹੋਪਫੁਲੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਮਿਲਦੇ ਹਾਂ ਕੱਲ ਦੀ ਵੀਡੀਓ ਚ ਬਾਏ